ਤੇਰੀ ਅੱਖਾਂ ਕੋ ਦੋਨੋਂ ਸੌ ਜੱਟਾ ਤੂੰ ਮੇਰੇ ਸਾਹਮਣੇ ਤਿੰਨ ਵਾਰੀ ਨਾ ਕੀਤੀ ਹੈ ਤੇ ਮੈਨੂੰ ਨਾ ਸੁਣਨ ਦੀ ਆਦਤ ਹੀ ਨਹੀਂ ਤੈਨੂੰ ਨਾ ਸੁਣਨ ਦੀ ਆਦਤ ਨਹੀਂ ਤੇ ਹਾਂ ਕਰਨ ਦਾ ਵੱਲ ਮੈਨੂੰ ਵੀ ਨਹੀਂ ਆਉਂਦਾ ਅਸਲਮ ਲਈ ਨਾਜ਼ਰੀਨ ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ ਅੱਜ ਸੁਲਤਾਨ ਰਾਏ ਦੀ ਇੱਕ ਨਿਹਾਇਤ ਹੀ ਸ਼ਾਨਦਾਰ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਤੇ ਉਸ ਫਿਲਮ ਦਾ ਨਾਮ ਹੈ ਅਸਕਰਾ ਅਸਕਰਾ 7 ਫਰਵਰੀ 1971 ਈਦ ਉਲ ਅਜ਼ਹਾ ਦੇ ਮੌਕੇ ਤੇ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਹੈ ਇਸ ਫਿਲਮ ਨੂੰ ਜ਼ਮਰ ਪਿਕਚਰ ਨੇ ਰਿਲੀਜ਼ ਕੀਤਾ ਤੇ ਇਹਦੇ ਅਦਾਕਾਰ ਹਨ ਸੁਲਤਾਨ ਰਈ ਨਗਮਾ ਏਜਾਜ਼ ਮੈਪਾਰਾ ਇਕਬਾਲ ਹਸਨ ਸਾਵਨ ਚੰਗੇਜ਼ੀ ਜੱਗੀ ਮਲਕ ਮਜ਼ਹਰ ਸ਼ਾਹ ਖਲੀਫਾ ਨਜ਼ੀਰ ਮਨਵ ਜ਼ਰੀਫ ਰਜ਼ੀਆ ਤੇ ਨੰਨਾ ਨਾਜ਼ਰੀਨ ਇਸ ਫਿਲਮ ਦਾ ਟਾਈਟਲ ਰੋਲ ਅਦਾਕਾਰ ਸਾਵਨ ਨੇ ਅਦਾ ਕੀਤਾ ਹੈ ਤੇ ਤਾਫੂ ਨੇ ਇਸ ਫਿਲਮ ਦਾ ਨਿਹਾਇਤ ਹੀ ਸ਼ਾਨਦਾਰ ਮਿਊਜ਼ਿਕ ਦਿੱਤਾ ਹੈ ਔਰ ਇਸ ਦੇ ਤਿੰਨ ਗਾਣੇ ਜਿਹੜੇ ਆਪਣੇ ਦੌਰ ਦੇ ਸੁਪਰ ਹਿੱਟ ਗਾਣੇ ਸਨ ਉਹ ਗਾਣੇ ਸਨ ਜੀ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ ਕਿਵੇਂ ਮੈਂ ਕੱਜਲਾ ਪਾਵਾਂ ਵੀ ਅੱਖੀਆਂ ਵਿੱਚ ਤੂੰ ਵਸਦਾ ਤੀਸਰੇ ਨੰਬਰ 'ਤੇ ਗਾਣਾ ਸੀ ਮੈਂ ਤੈਨੂੰ ਪਿਆਰ ਕਰਨਾ ਇਹ ਆਪਣੇ ਦੌਰ ਦੇ ਸੁਪਰ ਹਿੱਟ ਗਾਣੇ ਸਨ ਅਤੇ ਇਸ ਫਿਲਮ ਦੇ ਅੰਦਰ ਤੁਹਾਨੂੰ ਪਤਾ ਸੁਲਤਾਨ ਰਾਏ ਅਤੇ ਸੁਲਤਾਨ ਹੈ ਫਿਰ ਉਹ ਫਨ ਦਾ ਸੁਲਤਾਨ ਵੀ ਹੈ ਔਰ ਸੁਲਤਾਨ ਰਾਏ ਨੇ ਇਸ ਫਿਲਮ ਦੇ ਅੰਦਰ ਵਿਲਨ ਟਾਈਪ ਰੋਲ ਕੀਤਾ ਔਰ ਬੜਾ ਹੀ ਅੱਛਾ ਔਰ ਬੜਾ ਹੀ ਸ਼ਾਨਦਾਰ ਕੰਮ ਕੀਤਾ ਨਾਜ਼ਰੀਨ ਫਿਲਮ ਅਨਵਰਤ ਦੀ ਕਾਮਯਾਬੀ ਤੋਂ ਬਾਅਦ ਉਸੇ ਤਰ੍ਹਾਂ ਦਾ ਮਿਲਦਾ ਜੁਲਦਾ ਨਾਮ ਅਸਕਰ ਰੱਖ ਕੇ ਇਸ ਫਿਲਮ ਨੂੰ ਸਟਾਰਟ ਕੀਤਾ ਗਿਆ ਹੈ ਤੂੰ ਚੰਗਾ ਬੰਦਾ ਅਸੀਂ ਤੈਨੂੰ ਮਾਲ ਦੇ ਰਹੇ ਤੇ ਤੂੰ ਸਾਨੂੰ ਬੇਈਮਾਨ ਬਣਾਈ ਜਾ ਰਿਹਾ ਤੁਸਾਂ ਗੱਲ ਹੀ ਬੇਈਮਾਨੀ ਵਾਲੀ ਕੀਤੀ ਹੈ ਹੋਸ਼ ਕਰ ਓਏ ਤੂੰ ਜਾਣਦਾ ਨਹੀਂ ਅਸੀਂ ਕੌਣ ਓਏ ਔਰ ਇਸ ਦੇ ਹਦਾਇਤਕਾਰ ਦਾ ਵੀ ਖਿਆਲ ਸੀ ਕਿ ਇਹ ਫਿਲਮ ਹੀ ਅਨਵਰਾ ਦੀ ਤਾਰਾ ਸੁਪਰ ਹਿੱਟ ਸਾਬਤ ਹੋਏਗੀ ਲੇਕਿਨ ਬਦਕਿਸਮਤੀ ਦੇ ਨਾਲ ਇਹ ਫਿਲਮ ਐਵਰੇਜ ਫਿਲਮ ਸਾਬਤ ਹੋਈ ਔਰ ਇਸਨੇ ਅਨਵਰਾ ਦੀ ਤਰ੍ਹਾਂ ਸ਼ਾਨਦਾਰ ਬਿਜ਼ਨਸ ਨਹੀਂ ਕੀਤਾ ਜੈਸੇ ਕਿ ਤੁਹਾਨੂੰ ਮਾਲੂਮ ਹੈ ਕਿ ਅਨਵਰਾ ਇੱਕ ਪਲੈਟੀਨਮ ਜੁਬਲੀ ਫਿਲਮ ਸੀ ਔਰ ਜਿਹੜੀ ਫਿਲਮ ਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ ਤੁਸੀਂ ਜਾ ਕੇ ਇਹ ਫਿਲਮ ਯੂਟਿਊਬ 'ਤੇ ਵੇਖ ਸਕਦੇ ਹੋ ਇਸ ਫਿਲਮ ਦੇ ਅੰਦਰ ਸੁਲਤਾਨ ਰਾਏ ਨੇ ਐਸੇ ਸ਼ਖਸ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਦਾ ਹੈ ਔਰ ਲੋਕਾਂ ਦੀਆਂ ਜ਼ਮੀਨਾਂ ਖਰੀਦਦਾ ਹੈ ਔਰ ਜਿਹੜਾ ਇਹ ਜ਼ਮੀਨਾਂ ਖਰੀਦ ਰਿਹਾ ਹੁੰਦਾ ਹੈ ਸਰਦਾਰ ਖਾਨ ਸੁਲਤਾਨ ਰਾਏ ਦਾ ਨਾਮ ਆਉਂਦਾ ਔਰ ਸੁਲਤਾਨ ਰਾਏ ਦੇ ਪਿੱਛੇ ਗਰੋਹ ਹੁੰਦਾ ਹੈ ਜਿਹੜਾ ਉਸ ਪਿੰਡ ਦੀਆਂ ਸਾਰੀਆਂ ਜ਼ਮੀਨਾਂ ਖਰੀਦਦਾ ਹੈ ਇਸ ਫਿਲਮ ਦੀ ਕਹਾਣੀ ਦੋ ਭਾਈਆਂ ਦੀ ਕਹਾਣੀ ਹੈ ਦੋ ਭਰਾਵਾਂ ਦੀ ਕਹਾਣੀ ਹੈ ਜਿਸਦਾ ਨਾਮ ਅਕਬਰਾ ਔਰ ਅਸਕਰਾ ਹੁੰਦਾ ਹੈ ਅਕਬਰ ਔਰ ਅਸਕਰ ਦੋ ਭਾਈ ਹੁੰਦੇ ਨੇ ਦੋ ਭਰਾ ਹੁੰਦੇ ਨੇ ਜਿਨ੍ਹਾਂ ਦੀ ਮਾਂ ਦਾ ਰੋਲ ਅਦਾਕਾਰ ਸੀਮਾ ਬੇਗਮ ਨੇ ਅਦਾ ਕੀਤਾ ਔਰ ਇਹ ਦੋਨੋਂ ਭਰਾ ਬਚਪਨ ਹੀ ਵਿਛੜ ਜਾਂਦੇ ਇਕਬਾਲ ਹਸਨ ਨੇ ਇਸ ਫਿਲਮ ਦੇ ਅੰਦਰ ਅਸਕਰੇ ਦੇ ਦੋਸਤ ਦਾ ਰੋਲ ਅਦਾ ਕੀਤਾ ਹੈ ਜਿਹੜਾ ਬਚਪਨ ਦਾ ਦੋਸਤ ਹੁੰਦਾ ਹੈ ਔਰ ਵੱਡਾ ਹੋ ਕੇ ਉਹ ਪੁਲਿਸ ਇੰਸਪੈਕਟਰ ਬਣ ਜਾਂਦਾ ਹੈ ਔਰ ਅਕਬਰਾ ਜਿਹੜਾ ਏਜਾਜ਼ ਹੁੰਦਾ ਹੈ ਉਹ ਖੁਫੀਆ ਪੁਲਿਸ ਦੇ ਅੰਦਰ ਭਰਤੀ ਹੋ ਜਾਂਦਾ ਹੈ ਔਰ ਖੁਫੀਆ ਪੁਲਿਸ ਦਾ ਅਹਿਲਕਾਰ ਹੁੰਦਾ ਹੈ ਔਰ ਇਹ ਮਿਲ ਕੇ ਸਾਰੇ ਉਹਨਾਂ ਦੁਸ਼ਮਣਾਂ ਦਾ ਮੁਲਕ ਦੁਸ਼ਮਣਾਂ ਦਾ ਪਤਾ ਚਲਾਉਂਦੇ ਜਿਹੜੇ ਉਸ ਪਿੰਡ ਦੀਆਂ ਜ਼ਮੀਨਾਂ ਖਰੀਦ ਰਹੇ ਹੁੰਦੇ ਨਾਜ਼ਰੀਨ ਇਸ ਫਿਲਮ ਦੇ ਅੰਦਰ ਏਜਾਜ਼ ਅਤੇ ਨਗਮਾ ਦੀ ਜੋੜੀ ਬਣਾਈ ਗਈ ਹੈ ਮਾਪਾਰਾ ਔਰ ਇਕਬਾਲ ਹਸਨ ਦੀ ਜੋੜੀ ਬਣਾਈ ਗਈ ਹੈ ਔਰ ਨਗਮਾ ਨੇ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ 'ਤੇ ਤੀਰ ਚਲਾਵੇ ਵਿੱਚ ਜ਼ਬਰਦਸਤ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਔਰ ਕਾਮੇਡੀ ਵਾਸਤੇ ਇਸ ਫਿਲਮ ਵਿੱਚ ਜੈਸਾ ਕਿ ਮੈਂ ਤੁਹਾਨੂੰ ਦੱਸਿਆ ਕਾਮੇਡੀ ਵਾਸਤੇ ਇਸ ਫਿਲਮ ਦੇ ਅੰਦਰ ਨੰਨਾ ਰਜ਼ੀਆ ਔਰ ਮੁਨੱਵਰ ਜ਼ਰੀਫ ਨੂੰ ਰੱਖਿਆ ਗਿਆ ਔਰ ਰਜ਼ੀਆ ਨੇ ਨਿਹਾਇਤ ਹੀ ਸ਼ਾਨਦਾਰ ਕੰਮ ਕੀਤਾ ਮੁਨੱਵਰ ਜ਼ਰੀਫ ਨੇ ਵੀ ਔਰ ਨੰਨੇ ਨੇ ਵੀ ਬੜੀ ਅੱਛੀ ਕਾਮੇਡੀ ਦਾ ਮੁਜ਼ਾਹਰਾ ਕੀਤਾ ਜੇ ਤੈਨੂੰ ਮੌਜੂਦੀ ਜ਼ੁਬਾਨ ਤੇ ਨਹੀਂ ਆ ਮਾਣ ਤੇ ਆਪਣੇ ਇਤਬਾਰ ਤੇ ਰੁਪਈਆ ਨੂੰ ਦੇ ਦੇ ਇਹ ਲੈ ਮਾਜੂ 20,000 ਤੇ ਇਹ ਲੈ ਜੈਸਾ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਸੁਲਤਾਨ ਰਾਏ ਨੇ ਇਸ ਫਿਲਮ ਦੇ ਅੰਦਰ ਐਸੇ ਸ਼ਖਸ ਦਾ ਕਿਰਦਾਰ ਅਦਾ ਕੀਤਾ ਜਿਹੜਾ ਪਿੰਡ ਦੀਆਂ ਜ਼ਮੀਨਾਂ ਖਰੀਦਦਾ ਹੈ ਔਰ ਛੰਮੋ ਨਗਮਾ ਉਹਦੀ ਭਾਂਜੀ ਹੁੰਦੀ ਹੈ ਅਤੇ ਸਰਦਾਰ ਖਾਨ ਸੁਲਤਾਨ ਰਾਏ ਆਪਣੇ ਨਿਕੰਮੇ ਪੁੱਤਰ ਜੱਗੀ ਮਲਕ ਦਾ ਰਿਸ਼ਤਾ ਬਚਪਨ ਵਿੱਚ ਛੰਮੋ ਦੇ ਨਾਲ ਤੈਅ ਕਰ ਦਿੰਦਾ ਕਿਉਂਕਿ ਛੰਮੋ ਉਸਦੀ ਭਾਂਜੀ ਹੁੰਦੀ ਹੈ ਔਰ ਉਸਦੀ ਭੈਣ ਸਰਦਾਰ ਖਾਨ ਦੀ ਭੈਣ ਇਸ ਰਿਸ਼ਤੇ ਤੋਂ ਇਨਕਾਰ ਨਹੀਂ ਕਰਦੀ
और इस तरह ये रिश्ता तय होना है। लेकिन जदू छम्मो वड्डी हो जाती है तो उसका प्यो इस रिश्ते को इनकार कर देता है, क्योंकि नगमा छम्मो इंग्लैंड तो पढ़ लिख के वापस आती है और एक जैल ते गुवार शख्स के नाल रिश्ता करना गुवारा नहीं करता। मज़र शाह ने इस फिल्म के अंदर माजू का रोल अदा किया है, जिहड़ा एक बदमाश ते बुरा इंसान होता है। अस्करा माजू की भैन नू गुंडियां तो बचाता है, जिसका इलम माजू नहीं आता। इधर सरदार खान सुल्तान रही माजू नू बुलांदा है और उन्हें 20,000 रुपया बयाना देता है ताकि वह अस्करे नू कतल कर सके। पर जदों माजू नू सारी हकीकत पता चलती है तो वह 20,000 रुपया जाके सरदार खान के मुँह ते मार दे। सुल्तानी पिंड दी जमीना ते कब्जा करता है और कब्जा करके सारी जमीन उन लोगों के हवाले करता है जिहड़ा कि मुल्क दुश्मन होंदे। जदों सुल्तान राय नू सरदार खान नू ये पता चलता है कि वह मुल्क दुश्मन हैं तो अस्करे ते अकबर दे नाल मिल के उन्हें सारिया का खात्मा कर देता है। इस तू पहले अस्करा अपनी माँ नाल मिल जाता है। अस्करा अकबर नू कतल करन वास्ते जाता है, लेकिन जदों वह उसनू मारन लगता है तो अस्करे की नज़र उस तस्वीर ते पैंदी है जिहड़ी मेले दे विच अस्करे ते अकबरे ने मिल के दोनों ने खिंचवाई होंदी है, और वो तस्वीर वेख के वह पछाण लैंदा है कि अकबर मेरा छोटा वीर है। इस तरह सीमा बेगम अपने दोवां पुत्रां नू मिल जाती है। अस्करा अकबरा और सरदार खान सुल्तान राय मिल के सारे दुश्मनों का खात्मा कर देंदे ने।